ਲੁਧਿਆਣਾ ਦੇ ਜਮਨੈਲ ਜੇਲ੍ਹ ਦੇ ਵਿੱਚ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਵੇਲੇ ਦੋ ਗੁੱਟਾਂ ਦੇ ਵਿੱਚ ਆਪਸੀ ਖੂਨੀ ਝੜਪ ਹੋਈ ਹੈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਦੋ ਗੁੱਟਾਂ ਦੇ ਨੌਜਵਾਨ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਬਹਿਸਬਾਜ਼ੀ ਹੋਈ ਔਰ ਉਸ ਤੋਂ ਬਾਅਦ ਫਿਰ ਉਹ ਖੂਨੀ ਝੜਪ ਬਣ ਗਈ ਔਰ ਇਸ ਵੇਲੇ ਕਿਹਾ ਜਾ ਰਿਹਾ ਕਿ 6 ਤੋਂ 7 ਜਿਹੜੇ ਯੁਵਕ ਹੈਗੇ ਨੇ ਉਹ ਗੰਭੀਰ ਰੂਪ ਦੇ ਵਿੱਚ ਘਾਇਲ ਹੋਏ ਨੇ। ਨਜਾਇਜ਼ ਲੜਾਈ ਕੀਤੀ ਇਹਨਾਂ ਨੇ। ਕਿੰਨਾ ਨੇ ਲੜਾਈ ਕੀਤੀ ਹੈ, ਕਿੰਨੇ ਜਣਿਆਂ ਨੇ? ਸੀਗੇ 10-12 ਬੰਦੇ ਸੀਗੇ ਜੀ। ਅੱਛਾ, ਅੰਮ੍ਰਿਤਸਰ ਵਾਲੇ ਨੇ? ਹੈ ਅੰਮ੍ਰਿਤਸਰ ਤੋਂ ਗੱਲ ਕਰੀ ਸੀ ਕਿ ਗੱਲ ਕੀ ਸੀ? ਕੋਈ ਗੱਲ ਨਹੀਂ ਹੋਈ ਵੀ ਫਾਲਤੂ ਜੇ। ਹੈ, ਕਿੰਨੇ ਜਣੇ ਸੱਟਾਂ ਲੱਗੀਆਂ ਨੇ? ਮੈਂ ਉੱਥੇ ਮਿਲਣ ਗਈ ਸੀ, ਆਪਣੇ ਬੇਟੇ ਦੀ ਮੁਲਾਕਾਤ ਕਰਨ ਗਈ ਸੀ। ਨਹਿਰ ਤੇ ਜਿਹੜਾ ਨਹਿਰ ਤੇ, ਹਾਂਜੀ, ਸ਼ਿਮਲਾਪੁਰੀ ਨਹਿਰ ਦੀ ਬੱਚਾ ਉੱਥੇ ਮਿਲਣ ਵਾਸਤੇ ਗਈ ਹੈ ਤਾਂ ਕਹਿੰਦੇ ਸਵੇਰ ਦੀ ਲੜਾਈ ਲੜੀ ਹੋਈ ਹੈ ਤੇ ਉਹਦੇ ਕਰਕੇ ਬੱਚੇ ਬੱਚੇ ਲੜੇ ਨੇ। ਮੈਂ ਕਿਹਾ ਭੀੜ ਭੜੱਕਾ ਪਤਾ ਨਹੀਂ ਕਿਉਂ ਲੱਗਾ ਹੋਇਆ ਵੇ। ਅੱਛਾ, ਤੇ ਜਦੋਂ ਵੇਖਿਆ ਤਾਂ ਕਹਿੰਦੀ ਤੁਸੀਂ ਕੋਈ ਗੱਲ ਨਹੀਂ, ਤੁਸੀਂ ਅੱਜ ਨਾ ਮਿਲੋ, ਤੁਸੀਂ ਸਮਾਨ ਦੇ ਜਾਓ, ਤੁਹਾਡਾ ਬੇਟਾ ਵੀ ਨਾਲ ਹੀ ਗਿਆ ਵੇ ਤੇ ਤੁਸੀਂ ਮਿਲੋ। ਮੈਂ ਬਾਹਰੋਂ ਬਾਹਰ 40 ਰੁਪਏ ਦਾ ਆਟੋ ਕਰਕੇ ਮੈਂ ਸਿੱਧਾ ਇੱਥੇ ਆਈ ਹਾਂ। ਵਿੱਚ ਮੇਰਾ ਬੇਟਾ ਨਹੀਂ ਹੈਗਾ, ਇਹ 5 ਮੁੰਡੇ ਜਿਹੜੇ ਅੰਮ੍ਰਿਤਸਰ ਵਾਲੇ ਮੁੰਡੇ ਨੇ ਨਾ, ਉਹਨਾਂ ਦੇ ਨਾਲ ਲੜਾਈ ਹੋਈ ਇਹਨਾਂ ਦੀ ਸਾਰਿਆਂ ਦੀ। ਅੱਛਾ ਜੀ, ਮੈਂ ਉੱਥੇ ਬਾਰ ਬਾਰ ਮਿਲ ਕੇ ਆਈ, ਵਿੱਚ ਮੇਰਾ ਮੁੰਡਾ ਇੱਧਰ ਵੀ ਨਹੀਂ ਮੈਨੂੰ ਮਿਲਿਆ, ਮੈਨੂੰ ਘਰ ਵੀ ਨਹੀਂ ਮਿਲਿਆ। ਉਹ ਤਾਂ ਕਹਿੰਦੇ ਸੀ ਤੁਹਾਡਾ ਬੇਟਾ ਨਾਲ ਗਿਆ ਵੇ। ਕੁਛ ਪਤਾ ਲੱਗਿਆ ਕਿੰਨੇ ਲੋਕਾਂ ਦੀ ਇਹ ਆਪਸ ਵਿੱਚ ਲੜਾਈ ਹੋਈ ਹੈ? 5 ਮੁੰਡੇ ਲੜਾਈ, ਉਹ 10-12 ਸੀ ਜਿਹੜੇ ਲੜੇ ਨੇ ਤੇ ਜਿਹਨੂੰ ਸੱਟਾਂ ਵੱਡੀਆਂ 5 ਬੰਦੇ ਨੇ। ਅੱਛਾ, ਤੁਹਾਡਾ ਲੜਕਾ ਹੈ ਨਹੀਂ ਵਿੱਚ? ਨਹੀਂ, ਮੇਰਾ ਬੇਟਾ ਨਹੀਂ। ਉਹ ਕਹਿੰਦੇ ਸੀ ਯਾਰ ਦੋਸਤ ਦੇ ਨਾਲ ਹੀ ਗਿਆ ਵੇ। ਲੱਗਦਾ ਨਹੀਂ ਸਿਵਲ ਚਲਬ ਬਣਾਇਆ, ਲੱਗਦਾ ਨਹੀਂ ਕਿ ਜੇਲ੍ਹ ਪ੍ਰਸ਼ਾਸਨ ਨੂੰ ਇਸ ਚੀਜ਼ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਇਹਨਾਂ ਤੇ। ਮੈਂ ਤੇ ਆਪ ਸੋਚ ਨਹੀਂ, ਕਈ ਵਿਧਵਾ ਜਨਾਨੀਆਂ ਜਿਹੜੀਆਂ ਹੱਥ ਜੋੜ ਕੇ ਬੇਨਤੀ ਕਰਦੀ, ਇੰਨਾ ਪੈਸਾ ਵੀ ਲੱਗ ਜਾਂਦਾ ਪਰ ਫਿਰ ਵੀ ਸੁਣਵਾਈ ਕਿਸੇ ਪਾਸੇ ਨਹੀਂ ਹੁੰਦੀ। ਮੈਂ ਹੀ ਹੱਥ ਜੋੜ ਕੇ ਕਹਿੰਦੀ ਆ, ਜੇ ਬੱਚੇ ਵਿਗੜ ਗਏ ਨੇ ਤੇ ਸਰਕਾਰ ਨੂੰ ਵੀ ਸੁਧਰਨਾ ਚਾਹੀਦਾ ਮਾੜਾ ਮੋਟਾ। ਜੇ ਹੋਵੇ ਨਾ ਮਾਰ ਪਵੇ ਤੇ ਦੋਨਾਂ ਨੂੰ ਬਰਾਬਰ ਦੀ ਪਵੇ ਤੇ ਸਜ਼ਾ ਹੋਵੇ ਤੇ ਦੋਨਾਂ ਦੇ, ਭਾਵੇਂ ਕੁੜੀ ਦਾ ਕੇਸ ਹੋਵੇ ਭਾਵੇਂ ਮੁੰਡੇ ਦਾ ਕੇਸ ਹੋਵੇ, ਮੈਂ ਤੇ ਇਹ ਹੱਥ ਜੋੜ ਕੇ ਕਹਿੰਦੀ ਸਰਕਾਰ ਵੀ ਮਾੜਾ ਮੋਟਾ ਵੀ ਹੈਲਪ ਕਰ ਸਕਦੀ ਬੱਚਿਆਂ ਦੀ। ਨਜਾਇਜ਼ ਲੜਾਈ ਕੀਤੀ ਇਹਨਾਂ ਨੇ। ਕਿੰਨਾ ਨੇ ਲੜਾਈ ਕੀਤੀ ਹੈ, ਕਿੰਨੇ ਜਣਿਆਂ ਨੇ? ਸੀਗੇ 10-12 ਬੰਦੇ ਸੀਗੇ ਜੀ। ਅੱਛਾ, ਅੰਮ੍ਰਿਤਸਰ ਵਾਲੇ ਨੇ? ਹੈ ਅੰਮ੍ਰਿਤਸਰ ਤੋਂ ਗੱਲ ਕਰੀ ਸੀ ਕਿ ਗੱਲ ਕੀ ਸੀ? ਕੋਈ ਗੱਲ ਨਹੀਂ ਹੋਈ ਫਾਲਤੂ ਜੇ। ਹੈ, ਕਿੰਨੇ ਜਣੇ ਸੱਟਾਂ ਲੱਗੀਆਂ ਨੇ? ਲੁਧਿਆਣਾ ਦੇ ਜਮਨੈਲ ਜੇਲ੍ਹ ਦੇ ਵਿੱਚ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਵੇਲੇ ਦੋ ਗੁੱਟਾਂ ਦੇ ਵਿੱਚ ਆਪਸੀ ਖੂਨੀ ਝੜਪ ਹੋਈ ਹੈ। ਦਰਅਸਲ ਕਿਹਾ ਜਾ ਰਿਹਾ ਹੈ ਕਿ ਦੋ ਗੁੱਟਾਂ ਦੇ ਨੌਜਵਾਨ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਬਹਿਸਬਾਜ਼ੀ ਹੋਈ ਔਰ ਉਸ ਤੋਂ ਬਾਅਦ ਫਿਰ ਉਹ ਖੂਨੀ ਝੜਪ ਬਣ ਗਈ ਔਰ ਇਸ ਵੇਲੇ ਕਿਹਾ ਜਾ ਰਿਹਾ ਕਿ 6 ਤੋਂ 7 ਜਿਹੜੇ ਯੁਵਕ ਹੈਗੇ ਨੇ ਉਹ ਗੰਭੀਰ ਰੂਪ ਦੇ ਵਿੱਚ ਘਾਇਲ ਹੋਏ ਨੇ ਤੇ ਉਹਨਾਂ 'ਚੋਂ 5 ਜਿਹੜੇ ਹੈਗੇ ਨੇ ਯੁਵਕਾਂ ਨੂੰ ਲੁਧਿਆਣਾ ਦੇ ਸਿਵਲ ਹਸਪੀਟਲ 'ਚ ਲਿਆਂਦਾ ਗਿਆ।